ਪਹਿਲਾਂ ਸੋਨੀਆ ਗਾਂਧੀ ਨੂੰ ਮੁੰਨੀ ਅਤੇ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲਾ ਸਿੱਧੂ ਹੁਣ ਰਾਹੁਲ ਗਾਂਧੀ ਨੂੰ ਪਾਪਾ ਕਹਿੰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਉਹਨਾਂ ਪੱਤਰਕਾਰਾਂ ਵੱਲੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਭਾਰਤੀ ਫੌਜ ਨੂੰ ਚੋਰ ਕਹੇ ਜਾਣ ਦੀ ਗੱਲ ਤੇ ਮਜੀਠੀਆ ਪ੍ਰਤੀਕਰਮ ਜਾਣਨ ਲਈ ਕੀਤੇ ਸਵਾਲ ਦਾ ਜਵਾਬ ਦਿੰਦੇ ਹੋਏ ਗੱਲ ਆਖੀ ਹੈ। ਸਿੱਧੂ ਜੋੜੇ ਤੰਜ ਕੱਸਦੇ ਮਜੀਠੀਆ ਨੇ ਹੋਰ ਕੀ ਕਿਹਾ ਸੁਣੋ। ਦੁੱਖ ਦੀ ਗੱਲ ਹੈ ਕਿ ਆਪ ਸਾਡੇ ਬਹਾਦਰ ਫੌਜੀਆਂ ਵਾਸਤੇ ਇਹ ਪਹਿਲੀ ਵਾਰ ਹੀ ਨਹੀਂ, ਇਸ ਪਰਿਵਾਰ ਦੀ, ਸਿੱਧੂ ਪਰਿਵਾਰ ਦੀ ਦੂਜੀ ਤੀਜੀ ਟਿੱਪਣੀ ਹੋ ਗਈ। ਬਾਲਾਕੋਟ ਦਾ ਜਦ ਇਹ ਕਾਰਵਾਈ ਏਅਰਫੋਰਸ ਨੇ ਕੀਤੀ ਤੇ ਇਹਨਾਂ ਨੇ ਕਹਿ ਦਿੱਤਾ ਜੀ ਉੱਥੇ ਤਾਂ ਦਰਖਤਾਂ ਤੇ ਬੰਬ ਸਿੱਟ ਕੇ ਆਏ ਆ, ਉਹ ਅਪਮਾਨਿਤ ਕਿਹਨੂੰ ਕੀਤਾ? ਸਾਡੇ ਏਅਰਫੋਰਸ ਦੇ ਬਹਾਦਰ ਪਾਇਲਟਾਂ ਨੂੰ, ਸਾਡੀ ਆਰਮੀ ਦੇ ਬਹਾਦਰ ਜਵਾਨਾਂ ਨੂੰ ਅਪਮਾਨਿਤ ਉਹਨਾਂ ਸ਼ਹੀਦਾਂ ਨੂੰ ਕੀਤਾ ਜਿਨ੍ਹਾਂ ਦੇ ਬਦਲਾ ਲੈਣ ਵਾਸਤੇ, ਜਿਨ੍ਹਾਂ ਦੀ ਸ਼ਹਾਦਤ ਦਾ ਸਤਿਕਾਰ ਜਿਹੜਾ ਉਹਨਾਂ ਨੂੰ ਮਿਲੇ, ਉਹਨਾਂ ਨੇ ਏਡੀ ਵੱਡੀ ਸ਼ਹਾਦਤ ਦਿੱਤੀ, ਉਹਦਾ ਬਦਲਾ ਲੈਣ ਵਾਸਤੇ ਸਾਡੀ ਫੌਜੀ ਕਾਰਵਾਈ ਤੇ ਕੌਣ ਟਿੱਪਣੀ ਕਰਦਾ ਸੀ? ਪਾਕਿਸਤਾਨ ਕਰੇ ਸੋ ਕਰੇ, ਮਗਰ ਉਹਦੇ ਤੇ ਉਹੀ ਟਿੱਪਣੀ ਜੋ ਪਾਕਿਸਤਾਨ ਦੀ ਸੀ ਉਹ ਬੋਲੀ ਸਿੱਧੂ ਪਰਿਵਾਰ ਬੋਲਦਾ ਸੀ, ਇਸ ਲਈ ਇਹਨਾਂ ਤੋਂ ਕੋਈ ਚੰਗੀ ਆਸ ਨਹੀਂ ਰੱਖੀ ਜਾ ਸਕਦੀ। ਮਗਰ ਇਸ ਤਰੀਕੇ ਨਾਲ ਜਿਹੜਾ ਵੀ ਫੌਜ ਨੂੰ ਅਪਮਾਨਿਤ ਕਰੂਗਾ ਤੇ ਇਹਦਾ ਬੜਾ ਵੱਡਾ ਖਾਮਿਆਜ਼ਾ ਕਾਂਗਰਸ ਪਾਰਟੀ ਨੂੰ ਚੁਕਾਉਣਾ ਪੈਣਾ। ਉਹ ਤਾਂ ਜੀ ਨਾਚਾ ਕਿਸੇ ਚੀਜ਼ ਦੇ ਲਵਾ ਸਕਦਾ, ਉਹਦੇ ਕੀ ਆ ਜੀ, ਬੰਦੇ ਦੀ ਗੱਲ ਕਰੋ, ਇਹੋ ਜਿਹੇ ਬੰਦੇ ਦਾ ਜਿਹਦਾ ਕੋਈ ਸਿਰ ਪੈਰ ਨਹੀਂ, ਸਟੈਂਡ ਨਹੀਂ। ਐ ਤਾਂ ਉਹਨੇ ਸੋਨੀਆ ਗਾਂਧੀ ਨੂੰ ਮੁੰਨੀ ਵੀ ਆਖਿਆ ਸੀ, ਉਹਨੇ ਰਾਹੁਲ ਗਾਂਧੀ ਨੂੰ ਪੱਪੂ ਵੀ ਆਖਿਆ ਸੀ, ਅੱਜ ਪਾਪਾ ਆਖਦਾ, ਗੱਲ ਵੱਖਰੀ ਹੈ। ਇਸ ਲਈ ਬਾਲਾ ਟਾਈਮ ਉੱਤੇ ਬਰਬਾਦ ਨਾ ਕਰੋ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਹਲਕੇ ਦੇ ਲੋਕਾਂ ਦੇ ਨਾਲ ਗੱਲ ਕਰਦੇ ਹੋਏ ਭਾਰਤੀ ਫੌਜ ਨੂੰ ਚੋਰ ਕਿਹਾ ਗਿਆ ਸੀ। ਹਾਲਾਂਕਿ ਸਿੱਧੂ ਦੀ ਪਤਨੀ ਨੇ ਇਹ ਵੀ ਕਿਹਾ ਸੀ ਕਿ ਅਜਿਹਾ ਸਾਬਕਾ ਰੱਖਿਆ ਮੰਤਰੀ ਮਰਹੂਮ ਮਨੋਹਰ ਪਰਿਕਰ ਵੱਲੋਂ ਕਿਹਾ ਗਿਆ ਸੀ, ਪਰ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਵਿਅਕਤੀ ਦਾ ਨਾਮ ਲੈ ਕੇ ਅਜਿਹੀ ਗੱਲ ਕਰਨਾ ਕਿਤੋਂ ਤੱਕ ਜਾਇਜ਼ ਹੈ? ਇਸਦਾ ਜਵਾਬ ਵਿਰੋਧੀ ਧਿਰਾਂ ਲਗਾਤਾਰ ਸਿੱਧੂ ਜੋੜੇ ਤੋਂ ਮੰਗ ਰਹੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 'ਤੇ।